ਜਿਹੜੇ ਕਾਰ ਚੋਰ ਗਿਰੋਹ ਦੇ ਰਿਗਾਰਡਿੰਗ ਹੈ। ਇੱਕ ਮੋਹਾਲੀ ਪੁਲਿਸ ਨੇ ਇੱਕ ਜਿਹੜਾ ਕਾਰ ਚੋਰ ਗਿਰੋਹ ਹੈ ਉਹ ਗ੍ਰਿਫਤਾਰ ਕੀਤਾ ਹੈ, ਜਿਹੜਾ ਕਿ ਪਿਛਲੇ 7-8 ਮਹੀਨਿਆਂ ਤੋਂ ਮੋਹਾਲੀ ਦੇ ਵਿੱਚ ਵਾਰਦਾਤਾਂ ਕਰ ਰਿਹਾ ਸੀਗਾ। ਇਸ ਗਿਰੋਹ ਨੇ ਜੋ ਹਜੇ ਤੱਕ ਸਾਡੇ ਕੋਲ ਡਿਟੇਲਸ ਅਸੀਂ ਲਿੱਤੀ ਹੈ, ਕਰੀਬ 52 ਵਹੀਕਲ ਜਿਹੜੇ ਹੈਗੇ ਆ ਮੋਹਾਲੀ ਤੋਂ ਚੋਰੀ ਕੀਤੇ ਆ, 52 ਵਹੀਕਲ ਜਿਹੜੇ ਮੋਹਾਲੀ ਤੋਂ ਇਹਨਾਂ ਨੇ ਚੋਰੀ ਕੀਤੇ ਆ। ਕਾਰਾਂ, 4-ਵੀਲਰਸ ਅਤੇ 2-ਵੀਲਰਸ, 2-ਵੀਲਰਸ ਵੀ ਹੈਗੇ ਕੁਛ ਇਹਦੇ ਵਿੱਚ, ਅਤੇ ਮਿਲਾ ਕੇ 52 ਇਹਨਾਂ ਨੇ ਵਹੀਕਲ ਚੋਰੀ ਕੀਤੇ ਆ। ਅਤੇ ਇਹ ਕਰੀਬ 7-8 ਮਹੀਨੇ ਤੋਂ ਸਰਗਰਮ ਸੀਗੇ ਇਹ, ਅਤੇ ਇਹ ਜਿਹੜੇ ਗੱਡੀਆਂ ਸੀਗੀਆਂ ਇਹ ਕੁਛ ਤਾਂ ਇਹਨਾਂ ਨੇ ਆਪਦੇ ਵਰਤਣ ਵਾਸਤੇ ਰੱਖੀਆਂ ਹੋਈਆਂ ਸੀ ਚੋਰੀ ਦੀਆਂ, ਅਤੇ ਮੈਜੋਰਟੀ ਗੱਡੀਆਂ ਨੂੰ ਇਹ ਕੱਟ ਕੇ ਉਹਦੇ ਜਾਂ ਤਾਂ ਸਪੇਅਰ ਪਾਰਟਸ ਜਾਂ ਫਿਰ ਐਸ ਸਕ੍ਰੈਪ ਜਿਹੜਾ ਸੀਗਾ ਉਹ ਵੇਚ ਦਿੰਦੇ ਸੀਗੇ, ਅਤੇ ਚਾਹੇ ਐਸ ਸਕ੍ਰੈਪ ਜਾਂ ਅੱਗੇ ਫਰਨੈਸ ਨੂੰ, ਤਾਂ ਇਹ ਉਸ ਹਿਸਾਬ ਨਾਲ ਵੇਚ ਦਿੰਦੇ ਸੀਗੇ। ਅਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਸਾਡੇ ਕਰੀਬ ਜਿਹੜੇ 29 ਜਿਹੜੀਆਂ ਗੱਡੀਆਂ ਉਹਨਾਂ ਦੇ ਵਿੱਚ ਆਲਰੇਡੀ ਸਾਡੀ ਐਫ ਆਈ ਆਰ ਦਰਜ ਹੈ 29 ਕਾਰਜ਼ ਦੇ ਵਿੱਚ, ਅਤੇ ਬਾਕੀ ਸਾਡੀਆਂ ਜਿਹੜੀਆਂ ਹੈਗੀਆਂ ਅਸੀਂ ਐਪਲੀਕੇਸ਼ਨ ਲੈ ਲਈਆਂ ਸਾਰੇ ਕੰਪਲੇਨੈਂਟਸ ਤੋਂ ਕੁਛ ਆਈਆਂ ਹੋਈਆਂ, ਅਤੇ ਉਹਦੇ ਵਿੱਚ ਵੀ ਐਫ ਆਈ ਆਰ ਜਿਹੜੀਆਂ ਹੈਗੀਆਂ ਉਹ ਐਜ਼ ਪਰ ਪ੍ਰੋਸੀਜਰ ਜਿਹੜਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਈ ਜਾਏਗੀ। ਤਾਂ ਇਹਨਾਂ ਦੀ ਗ੍ਰਿਫਤਾਰੀ ਨਾਲ ਕਰੀਬ 52 ਇੰਸੀਡੈਂਟਸ ਆਫ ਕਾਰ ਥੈਫਟ, ਕਾਰ ਮੋਸਟਲੀ ਕਾਰ 4-ਵੀਲਰਸ ਅਤੇ ਕੁਛ ਕੁਛ 2-ਵੀਲਰ ਥੈਫਟ ਇਹ ਸਾਡੇ ਟਰੇਸ ਹੋਏ ਨੇ ਇਹਦੇ ਵਿੱਚ। ਇਹਦੇ ਵਿੱਚ ਹਾਂਜੀ ਇਹਨਾਂ ਦੀ ਹਾਂਜੀ ਇਹ 'ਚ ਜਿਹੜੇ ਇਹਨਾਂ 'ਚੋਂ 2 ਬੰਦੇ, ਟੋਟਲ 6 ਬੰਦੇ ਜਿਹੜੇ ਹੈਗੇ ਅਸੀਂ ਗ੍ਰਿਫਤਾਰ ਕੀਤੇ, ਇਹਨਾਂ ਦੇ ਵਿੱਚੋਂ ਜਿਹੜੇ 3 ਬੰਦੇ ਹੈਗੇ ਆ ਉਹਨਾਂ ਦੇ ਖਿਲਾਫ਼ ਐਫ ਆਈ ਆਰ ਦਰਜ ਹੈ ਵੱਖ ਵੱਖ ਧਾਰਾਵਾਂ ਦੇ ਵਿੱਚ। ਇੱਕ ਤਾਂ ਆਰਮਸ ਐਕਟ ਵੀ, NDPS ਵੀ ਹੈਗੀ ਹੈ, ਇੱਕ ਤਾਂ ਚੋਰੀ ਦੇ ਮੁਕੱਦਮਾ ਹੈਗਾ। ਤਾਂ ਵੱਖ ਵੱਖ ਧਾਰਾਵਾਂ ਦੇ ਵਿੱਚ ਇਹਨਾਂ 'ਚੋਂ 3 ਬੰਦਿਆਂ ਦੇ ਖਿਲਾਫ਼ ਮੁਕੱਦਮੇ ਦਰਜ ਹੈ, ਅਤੇ 4 ਬੰਦਿਆਂ ਦੇ ਖਿਲਾਫ਼, ਚੌਥੇ ਦਾ ਇੱਕ ਹਿਮਾਚਲ 'ਤੇ ਵੀ ਦਰਜ ਹੈ। ਇਹਨਾਂ ਦਾ ਬੇਸਿਕਲੀ ਇਹਨਾਂ ਦਾ ਜਿਹੜਾ ਮੋਡਸ ਆਪਰੈਂਡੀ ਸੀਗਾ ਉਹ ਇਹ ਸੀਗਾ ਕਿ ਇਹ 'ਚ ਕੁਛ ਬੰਦੇ ਇਹ 'ਚ ਮਿਲੇ ਹੋਏ ਸੀਗੇ, ਅੱਡ ਅੱਡ ਦੋ ਦੋ ਬੰਦਿਆਂ ਦੇ ਦੋ ਗਰੁੱਪ ਸੀਗੇ ਜਿਹੜੇ ਕਿ ਗੱਡੀਆਂ ਚੋਰੀ ਕਰਦੇ ਸੀ। ਮੋਸਟਲੀ ਉਹ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਗੱਡੀਆਂ ਜਿਹੜੀਆਂ ਸੀ, ਜਿਹੜੀਆਂ ਖੁੱਲ੍ਹੀਆਂ ਸੌਖੀਆਂ ਹੁੰਦੀਆਂ ਸੀਗੀਆਂ, ਤਾਂ ਸਕ੍ਰੈਪ ਵੀ ਈਜ਼ੀਲੀ ਸਕ੍ਰੈਪੇਬਲ ਜਿਹੜੀਆਂ ਸੀਗੀਆਂ ਉਹ ਚੋਰੀ ਕਰਦੇ ਸੀਗੇ ਉਹ। ਤਾਂ ਇਹ ਦੋ ਗਰੁੱਪ ਸੀ ਚੋਰੀ ਕਰਕੇ, ਫਿਰ ਉੱਥੇ ਇੱਕ ਇਹਨਾਂ ਦਾ ਮਿਡਲ ਮੈਨ ਸੀਗਾ ਪਿੰਦੂ, ਪਰਵਿੰਦਰ ਸਿੰਘ ਪਿੰਦੂ, ਇਹ ਉਹਨੂੰ ਅੱਗੇ ਵੇਚ ਦਿੰਦੇ ਸੀ ਗੱਡੀਆਂ, ਜਿਹੜਾ ਕਿ ਅੱਗੇ ਸਕ੍ਰੈਪ ਵਾਲੇ ਨੂੰ ਵੇਚ ਦਿੰਦਾ ਸੀਗਾ। ਇਹ ਦੋਨੋਂ ਜਲਾਲਾਬਾਦ ਦੇ ਨੇ, ਜਿਹੜਾ ਮਿਡਲ ਮੈਨ ਵੀ ਹੈ ਅਤੇ ਸਕ੍ਰੈਪ ਵਾਲਾ ਵੀ ਹੈ। ਇਹਨਾਂ ਦਾ ਨਾਮ ਜਿਹੜਾ ਮਿਡਲ ਮੈਨ ਹੈਗਾ ਉਹਦਾ ਨਾਮ ਹੈ ਪਰਵਿੰਦਰ ਸਿੰਘ ਪਿੰਦੂ, ਜਿਹੜਾ ਕਿ ਉਹ ਕਰਦਾ ਸੀਗਾ, ਅਤੇ ਜਿਹੜਾ ਸਕ੍ਰੈਪ ਡੀਲਰ ਹੈ ਉਹਦਾ ਕੀ ਨਾਮ, ਰਾਕੇਸ਼ ਕੁਮਾਰ ਉਰਫ ਰਿੰਕੂ, ਇਹ ਵੀ ਉੱਥੇ ਫਜ਼ਿਲਕਾ ਦਾ ਰਹਿਣ ਵਾਲਾ ਜਲਾਲਾਬਾਦ ਦਾ, ਅਤੇ ਇਹ ਉੱਥੇ ਸਕ੍ਰੈਪ ਦੇ ਵਿੱਚ ਗੱਡੀਆਂ ਨੂੰ ਕੱਟ ਕੇ ਵੇਚਦਾ ਸੀਗਾ ਇਹ 'ਚ। ਬਲਕਿ ਇਨਫੈਕਟ ਸਾਡੇ ਕੋਲ ਜਿਹੜੀ ਰਿਕਵਰੀ ਹੈ ਇਹ 'ਚ ਜਿਹੜੀਆਂ 8 ਕੰਪਲੀਟ ਗੱਡੀਆਂ ਅਤੇ 8 ਕੰਪਲੀਟ ਮੋਟਰਸਾਈਕਲ ਸਕੂਟਰ ਜਿਹੜੇ ਆ ਉਹ ਰਿਕਵਰ ਹੋਏ ਆ, ਪਲੱਸ ਕਰੀਬ 25 ਗੱਡੀਆਂ ਦਾ ਸਕ੍ਰੈਪ, ਮਤਲਬ ਉਹਨਾਂ ਨੇ ਕੱਟ ਕੇ ਰੱਖੀਆਂ ਹੋਈਆਂ ਸੀ, ਕਿਸੇ ਦਾ ਇੰਜਨ ਬਚਿਆ, ਕਿਸੇ ਦਾ ਕੁਛ ਵੇਚਤੀ, ਕੁਛ ਸਪੇਅਰ ਪਾਰਟ ਵੇਚਤੇ, ਕੁਛ ਅੱਗੇ ਫਰਨਸਿਸ ਨੂੰ ਦੇਤੀਆਂ। ਤਾਂ ਇਹ ਕੁਛ ਕਰੀਬ 25 ਗੱਡੀਆਂ ਦਾ ਸਕ੍ਰੈਪ ਜਿਹੜਾ ਹੈਗਾ, ਪਲੱਸ 16 ਐਕਚੁਅਲ ਵਹੀਕਲ ਜਿਹੜੇ ਆਲਰੇਡੀ, ਯਾਨੀ ਟੋਟਲ ਅਰਾਊਂਡ 41-42 ਵਹੀਕਲ ਜਿਹੜੇ ਹੈਗੇ ਆਲਰੇਡੀ ਰਿਕਵਰ ਹੋ ਚੁੱਕੇ ਆ। ਜਲਾਲਾਬਾਦ ਹਜੇ ਜੀ ਲੋਕਲ, ਜਿਵੇਂ ਇੱਕ ਦੋ ਬੰਦੇ ਇਹਨਾਂ 'ਚ ਲੋਕਲ ਸੀਗੇ ਇਹਦੇ ਵਿੱਚ, ਜਿਵੇਂ ਆ ਦੋ ਬੰਦੇ ਜਿਹੜੇ ਹੈਗੇ ਆ ਇਹ ਸੁਖਰਾਜ ਸਿੰਘ ਔਰ ਸੁੱਖਾ, ਜਸਪਾਲ ਸਿੰਘ ਔਰ ਜੱਸਾ, ਜਿਵੇਂ ਜਿਹੜੇ ਚੋਰੀ ਕਰਨ ਵਾਲੇ ਬੰਦੇ ਸੀਗੇ ਉਹਨਾਂ 'ਚੋਂ ਲੋਕਲ ਲੋਕਲ ਵਾਲੇ ਵੀ ਸੀਗੇ ਇਨਵੋਲਵਡ ਅਤੇ ਉੱਥੋਂ ਵਾਲੇ ਵੀ ਬੰਦੇ ਇਨਵੋਲਵ ਸੀਗੇ। ਉਹ ਵੀ ਟਰੇਸਡ ਹੈ, ਪ੍ਰੋਪਰ ਰੈਕੀ ਕਰਕੇ ਦੇਖਦੇ ਸੀਗੇ ਘਰ ਦੇ ਬਾਹਰ ਕੋਈ ਗੱਡੀ ਖੜੀ ਹੈ ਜਾਂ ਕੋਈ ਬਾਹਰ, ਜਿਵੇਂ ਰਾਤ ਨੂੰ ਗੱਡੀ ਖੜੀ ਹੈ ਤਾਂ ਰਾਤ ਬਰਾਤ 'ਤੇ ਲੈ ਜਾਂਦੇ ਸੀਗੇ। ਜਿਹੜੀ ਜ਼ੀਰਕਪੁਰਾ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜੀ 4 ਕੁ ਦਿਨ ਹੋ ਗਿਆ ਅਰਾਊਂਡ ਉਸਨੂੰ, ਉਹ ਵੀ ਇਹਨਾਂ ਨੇ ਕੀਤੀ ਸੀ, ਉਹ ਵੀ ਟਰੇਸਡ ਹੈ। ਇਹ ਮੋਸਟਲੀ ਜਿਹੜੇ ਸਾਨੂੰ ਹਜੇ ਤੱਕਰ ਮਿਲਿਆ ਮੋਹਾਲੀ ਦੇ ਹੀ ਮਿਲਿਆ, ਪਰ ਇਹਨਾਂ ਤੋਂ ਹੋਰ ਵੀ ਡਿਸਟ੍ਰਿਕਟਸ ਦੇ ਕੁਛ ਨਾ ਕੁਛ ਖੁਲਾਸੇ ਹੋਣ ਦੀ ਉਮੀਦ ਹੈ, ਪਰ ਹਜੇ ਤੱਕ ਸਾਨੂੰ ਮੋਹਾਲੀ ਡਿਸਟ੍ਰਿਕਟ ਦੇ ਹੀ ਸਾਹਮਣੇ ਆਏ ਆ। ਸਰ ਕਿੰਨੇ ਪੜ੍ਹੇ ਲਿਖੇ ਇਹ? ਡਰੱਗ ਐਡਿਕਸ਼ਨ ਸਰ, ਸਕੂਲ ਲੈਫਟ ਆਊਟ ਨੇ। ਇਹ ਮੋਸਟਲੀ ਸਕੂਲ ਲੈਫਟ ਆਊਟ ਨੇ, ਕਰੀਬ 20-30 ਸਾਲ ਦੇ ਵਿੱਚ ਇਹਨਾਂ ਦੀ ਉਮਰ ਹੈ, ਤੇ ਸਕੂਲ ਤੋਂ ਹੀ ਇਹ ਡ੍ਰੌਪ ਆਊਟਸ ਹੋਏ ਹੋਏ ਆ। ਸਰ ਮੋਹਾਲੀ ਜ਼ਿਲ੍ਹੇ ਦੇ 19 ਮੁਕੱਦਮੇ ਜਿਹੜੇ ਆ ਉਹ ਸੌਣੇ ਹੋਏ ਆ, ਇਹ 19 ਜਿਹੜੇ ਮੁਕੱਦਮੇ ਮੋਹਾਲੀ ਦੇ ਡਿਸਟ੍ਰਿਕਟ ਸੀ, ਇਹ ਸਾਰੇ ਮੋਹਾਲੀ ਦੇ। ਜਿਹੜਾ ਕੈਸ਼ ਵਾਲਾ ਹੁੰਦਾ ਹੈ ਜਿਹਦਾ, ਇਹ ਇਹਨਾਂ ਤੋਂ ਰਿਕਵਰ ਹੋਇਆ ਜਿਹੜਾ ਉਹ ਸਕ੍ਰੈਪ ਡੀਲਰ ਸੀਗਾ, ਇਹ 'ਚੋਂ ਮੈਜੋਰਟੀ ਉਹ ਤੋਂ ਜਿਹੜਾ ਕੈਸ਼ ਰਿਕਵਰ ਹੋਇਆ, ਜਿਹੜੇ ਉਹਨੇ ਸਪੇਅਰ ਪਾਰਟਸ ਵਗੈਰਾ ਵੇਚੇ ਸੀਗੇ ਇਹ ਉਹ ਵਾਲੀ ਮਨੀ ਹੈ ਸਾਰੀ। ਇਹ ਤਾਂ ਬੇਸਿਕਲੀ ਜੀ 12,000 ਦੀ ਇਹ ਮਿਡਲ ਮੈਨ ਨੂੰ ਵੇਚ ਦਿੰਦਾ ਸੀ ਗੱਡੀ, ਅੰਦਾਜ਼ਾ ਜਿਹਾ ਕੋਈ 12 ਦੀ ਵੇਚਤੀ ਕੋਈ ਗੱਡੀ ਦੇ ਸਾਈਜ਼ ਦੇ ਹਿਸਾਬ ਨਾਲ ਅਤੇ ਉਹਦੇ ਹਿਸਾਬ ਨਾਲ, ਅਤੇ ਅੱਗੇ 17-18 ਹਜ਼ਾਰ ਦੀ ਅੱਗੇ ਉਹ ਸਕ੍ਰੈਪ ਡੀਲਰ ਨੂੰ ਵੇਚ ਦਿੰਦਾ ਸੀ।
जून लास्ट मुकदमा अपना जो जून 2022 का दर्ज है ਤਾਂ ਮਤਲਬ 7-8 ਮਹੀਨੇ 8 ਮਹੀਨੇ ਤੋਂ ਤਾਂ ਐਕਟਿਵ ਸੀਗੇ ਇਹ ਐਟ ਲੀਸਟ ਇਹ ਹਜੇ ਤੱਕਰ ਤਾਂ ਨਹੀਂ ਆਇਆ ਹਜੇ ਤੱਕਰ ਕਿਉਂਕਿ ਬੰਦੇ ਲੋਕਲ ਜ਼ੀਰਕਪੁਰ ਦੇ ਰਹਿਣ ਵਾਲੇ ਸੀਗੇ ਇਹਨਾਂ 'ਚੋਂ ਜਿਹੜੇ ਦੋ ਅਕਿਊਜ਼ ਹੈਗੇ ਆ ਤਾਂ ਮੋਸਟਲੀ ਇਹ ਜ਼ੀਰਕਪੁਰ ਮੁਹਾਲੀ ਸ਼ਹਿਰ ਇੱਧਰ ਇਸ ਏਰੀਆ ਦੇ ਵਿੱਚ ਜ਼ਿਆਦਾ ਮਾਰ ਕਰਦੇ ਸੀ ਇਹ ਪਰ ਉੱਧਰਲੇ ਪਾਸੇ ਵੀ ਪੰਚਕੂਲੇ ਵਾਲੇ ਪਾਸੇ ਵੀ ਡੈਫੀਨੇਟਲੀ ਹੋ ਸਕਦਾ ਉਹ ਸਾਡਾ ਹਜੇ ਚੱਲੇਗਾ ਇਹਦੇ ਵਿੱਚ